ਪ੍ਰਧਾਨ ਮੰਤਰੀ ਜਸਟਿਨ ਟਰੂਡਰ ਦੇ ਵੱਲੋਂ ਅੱਜ ਖਾਸ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਨਾਲ ਇਸ ਮੌਕੇ ਕ੍ਰਿਸਟੀਆ ਫਰੀਲੈਂਡ ਵੀ ਮੌਜੂਦ ਸਨ ਜਿਨ੍ਹਾਂ ਨੇ ਸਰਕਾਰੀ ਕਾਮੇ ਨੇ ਜੋ ਕੈਨੇਡਾ ਦੇ ਵਿੱਚ ਜੋ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ ਉਹਨਾਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਜਾਣ ਦਾ ਇੱਕ ਐਲਾਨ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ 2,67,000 ਕਾਮੇ ਜੋ ਕਿ ਇਸ ਪਾਲਿਸੀ ਦੇ ਅਧੀਨ ਆਉਂਦੇ ਨੇ ਅਕਤੂਬਰ 29 ਤੋਂ ਉਹਨਾਂ ਨੂੰ ਆਪਣਾ ਵੈਕਸੀਨੇਸ਼ਨ ਸਟੇਟਸ ਦਿਖਾਉਣਾ ਪਵੇਗਾ ਕਿ ਕੋਵਿਡ-19 ਦੇ ਟੀਕੇ ਉਹਨਾਂ ਦੇ ਲਈ ਲਾਜ਼ਮੀ ਕੀਤੇ ਗਏ ਨੇ ਜੇਕਰ ਕਿਸੇ ਕਾਮੇ ਦੇ ਵੱਲੋਂ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਜਾਣਗੇ ਤਾਂ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੇ ਵਿੱਚ 15 ਨਵੰਬਰ ਤੋਂ ਬਿਨਾਂ ਤਨਖਾਹ ਤੋਂ ਛੁੱਟੀ ਵੀ ਸ਼ਾਮਲ ਹੈ ਇਸ ਦੇ ਨਾਲ ਹੀ ਨਾ ਸਿਰਫ ਕਾਮੇ ਸਗੋਂ ਕੈਨੇਡਾ ਦੇ ਵਿੱਚ ਜੇਕਰ ਕਿਸੇ ਨੇ ਵੀ ਹਵਾਈ ਸਫ਼ਰ ਕਰਨਾ ਹੋਵੇ ਰੇਲ ਗੱਡੀ ਦੇ ਰਾਹੀਂ ਸਫ਼ਰ ਕਰਨਾ ਹੋਵੇ ਜਾਂ ਫਿਰ ਮਰੀਨ ਟਰਾਂਸਪੋਰਟ ਦੀ ਵਰਤੋਂ ਕਰਨੀ ਹੋਵੇ ਤਾਂ ਅਕਤੂਬਰ 30 ਤੋਂ ਉਹਨਾਂ ਦੇ ਵਾਸਤੇ ਜਿਨ੍ਹਾਂ ਵੀ ਯਾਤਰੀ ਨੇ ਕੋਵਿਡ-19 ਦੇ ਟੀਕੇ ਲਾਜ਼ਮੀ ਕਿੱਤੇ ਜਾਂਦਾ ਐ ਲਾਨ ਵੀ ਕੀਤਾ ਗਿਆ ਇਸ ਦੇ ਵਿੱਚ EMPLOYEES ਨੂੰ ਵੀ ਕਿਹਾ ਗਿਆ ਜਿਨ੍ਹਾਂ ਦੇ ਅਧੀਨ ਹਵਾਈ ਸਫਰ ਜਾਂ ਫਿਰ ਰੇਲ ਗੱਡੀ ਜਾਂ ਫਿਰ ਸਮੁੰਦਰੀ ਸਫਰ ਦੇ ਨਾਲ ਸੰਬੰਧਿਤ ਟਰਾਂਸਪੋਰਟ ਆਉਂਦੀ ਹੈ ਕਿ ਉਹ ਉੱਥੇ ਆਪਣੇ ਕੰਮਿਆਂ ਦੇ ਵਾਸਤੇ ਵੀ ਇਹ ਲਾਜ਼ਮੀ ਕਰਨ ਤੇ ਨਾਲ ਹੀ ਜ਼ਰੂਰ ਦੇਖਿਆ ਜਾਵੇ ਕਿ ਕੋਵਿਡ-19 ਦੇ ਟੀਕੇ ਮੰਨੇ ਲਗਵਾ ਲਈ ਨੇ ਜਾਂ ਨਹੀਂ ਨਹੀਂ ਤਾਂ ਉਸ ਦੇ ਉੱਤੇ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਵੀ ਯਾਤਰਾ ਕਰਨੀ ਹੋਵੇ ਉਸ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਸਤੇ ਛੋਟ ਹੈ ਤੇ ਬਾਕੀਆਂ ਦੇ ਵਾਸਤੇ ਇਹ ਹੈ ਕਿ christia has outlined what the mandatory vaccination that's in place immediately for federal employees will look like. the bottom line, proof of vaccination will be required by no later than the end of this month for all federal employees. and by mid-november, mid -Mid enforcement measures in place will make sure that everyone is vaccinated. this is about keeping people safe on the job and in their communities. And the same goes for the second commitment we made mandatory vaccination on travel. By the end of October, everyone 12 or older on a plane or train within Canada should be fully vaccinated. There will be a short period where people who are in the process of getting vaccinated can show a negative COVID-19 test, but by the end of November, if you're 12 or older, and want to fly or take the train, you'll have to be fully vaccinated, as will staff. Testing will no longer be an option before boarding.